ਸਤਿ ਸ਼੍ਰੀ ਅਕਾਲ ਜੀ ਵੀਰਪਾਲ ਕੌਰ ਗਿੱਲ ਨੇ ਜਿਨ੍ਹਾਂ ਦਾ ਰੀਸੈਂਟਲੀ ਸਟੱਡੀ ਵੀਜ਼ਾ ਅਪਰੂਵ ਹੋ ਕੇ ਆਇਆ ਸੋ ਇਹਨਾਂ ਨੂੰ ਕਿਵੇਂ ਮੈਕਰੋ ਗਲੋਬਲ ਬਾਰੇ ਪਤਾ ਲੱਗਾ ਤੇ ਕਿਵੇਂ ਦਾ ਸਫ਼ਰ ਆ ਜਾਣਦੇ ਹਾਂ ਸੋ ਵੀਰਪਾਲ ਤੁਹਾਨੂੰ ਮੈਕਰੋ ਗਲੋਬਲ ਬਾਰੇ ਕਿੱਦਾਂ ਪਤਾ ਲੱਗਾ ਸਰ ਪਹਿਲਾਂ ਤਾਂ ਮੈਨੂੰ ਆਪਣੇ ਫਰੈਂਡਸ ਤੋਂ ਪਤਾ ਲੱਗਾ ਸੀ ਦੈਨ ਮੈਂ ਆਇਲਸ ਵੀ ਇੱਥੋਂ ਕੀਤਾ ਆਇਲਸ ਦਾ ਵੀ ਐਕਸਪੀਰੀਅੰਸ ਮੇਰਾ ਬਹੁਤ ਵਧੀਆ ਰਿਹਾ ਸੀ ਦੈਨ ਜੋ ਵੀ ਮੇਰੀ ਫਾਈਲਿੰਗ ਦਾ ਪ੍ਰੋਸੈਸ ਸੀ ਉਹ ਸਾਰਾ ਤੁਹਾਡੇ ਥਰੂ ਹੀ ਇੱਥੋਂ ਹੀ ਹੋਇਆ ਵਾ ਅਤੇ ਮੇਰਾ ਐਕਸਪੀਰੀਅੰਸ ਤਾਂ ਬਹੁਤ ਜ਼ਿਆਦਾ ਵਧੀਆ ਮੈਂ ਹਰ ਇੱਕ ਸਟੂਡੈਂਟ ਨੂੰ ਰੈਕਮੈਂਡ ਕਰੂੰਗੀ ਕਿ ਮੈਕਰੋ ਗਲੋਬਲ ਬਹੁਤ ਜ਼ਿਆਦਾ ਵਧੀਆ ਓਕੇ ਥੈਂਕ ਯੂ ਸੋ ਤੁਸੀਂ ਕਿਹੜੇ ਕਾਲਜ ਦੇ ਵਿੱਚ ਜਾ ਰਹੇ ਹੋ ਤੇ ਕਿਹੜਾ ਕੋਰਸ ਕਰਨ ਲਈ ਜਾ ਰਹੇ ਹੋ ਮੇਰਾ ਰੈਡ ਰਿਵਰ ਕਾਲਜ ਤੇ ਫਾਰਮਾਸਿਊਟੀਕਲ ਮੈਨੂਫੈਕਚਰਿੰਗ ਨੇ ਕੋਰਸ ਦਾ ਓਕੇ ਐਂਡ ਇੱਕ ਚੀਜ਼ ਤੁਹਾਨੂੰ ਮੈਂ ਹੋਰ ਵੀ ਦੱਸ ਦੇਣੀ ਚਾਹੁੰਦਾ ਕਿ ਵੀਰਪਾਲ ਕੌਰ ਪਹਿਲਾਂ ਸਿੰਗਲ ਸੀਗੇ ਬਟ ਜਦੋਂ ਇਹਨਾਂ ਦੀ ਫਾਈਲ ਅੰਡਰ ਪ੍ਰੋਸੈਸ ਸੀਗੀ ਉਹਦੇ ਦੌਰਾਨ ਇਹਨਾਂ ਦੀ ਮੈਰਿਜ ਹੋ ਚੁੱਕੀ ਸੀਗੀ ਉਹਦੇ ਬਾਰੇ ਵੀ ਅਸੀਂ ਇਹਨਾਂ ਦਾ ਕੇਸ ਅਪਡੇਟ ਕੀਤਾ ਅੰਬੈਸੀ ਦੇ ਵਿੱਚ ਕਿ ਇਹਨਾਂ ਦਾ ਸਟੇਟਸ ਜੋ ਚੇਂਜ ਹੋ ਕੇ ਉਹ ਮੈਰਿਟ ਦਾ ਹੋ ਚੁੱਕਿਆ ਵਾ ਸੋ ਜ਼ਿਆਦਾਤਰ ਏਜੰਟਸ ਨੂੰ ਇਹ ਬਹੁਤ ਪ੍ਰੋਬਲਮ ਆਉਂਦੀ ਹੈ ਕਿ ਉਹ ਤੁਹਾਡਾ ਸਟੇਟਸ ਅਪਡੇਟ ਨਹੀਂ ਕਰ ਪਾਉਂਦੇ ਬਟ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖੋ ਕਿ ਜੇ ਤੁਹਾਡੇ ਕੇਸ 'ਚ ਕੋਈ ਵੀ ਚੇਂਜਸ ਆਉਂਦੇ ਆ ਤਾਂ ਉਹਨਾਂ ਨੂੰ ਆਪਣਾ ਅਪਡੇਟ ਜ਼ਰੂਰ ਕਰਨਾ ਚਾਹੀਦਾ ਵਾ ਤਾਂ ਕਿ ਤੁਹਾਡੇ ਅੱਗੇ ਫਿਊਚਰ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਆਵੇ ਸੋ ਜੇ ਤੁਸੀਂ ਵੀ ਕੋਈ ਆਪਣਾ ਕੇਸ ਅਪਲਾਈ ਕਰਨਾ ਚਾਹੁੰਦੇ ਸਾਡੇ ਕਿਸੇ ਵੀ ਆਫਿਸ ਵਿਜ਼ਿਟ ਕਰਕੇ ਸਾਨੂੰ ਮਿਲ ਸਕਦੇ ਹੋ ਧੰਨਵਾਦ